ਕੀਤਾ ਹੈ ਜੋ ਆਤਮਾ ਦੇ ਚੱਲ ਕੇ ਆਉਣਾ। ਇਸ ਗੱਲ ਦਾ ਸੰਕੇਤ ਹੈ ਕਿ ਲੋਕ ਇਹਨਾਂ ਦੋਵੇਂ ਪਾਰਟੀਆਂ ਦੇ ਚੁੰਬਲ ਚੋਂ ਨਿਕਲਣਾ ਚਾਹੁੰਦੇ ਨੇ। ਇਹ ਉੱਤਰ ਕਾਟੋ ਮੈਚਣਾ ਵਾਲਾ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਹੋਇਆ, ਉਹ ਲੋਕ ਨਵੀਂ ਕਹਾਣੀ ਲਿਖਣਾ ਚਾਹੁੰਦੇ ਆ। ਦੇਖੋ ਗੱਲ ਇਹ ਹੈ, ਲੋਕਾਂ ਦੀ ਜ਼ਿੰਦਗੀਆਂ ਬਰਬਾਦ ਕਰਤੀਆਂ, ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ, ਲੋਕਾਂ ਦੇ ਚੁੱਲ੍ਹਿਆਂ ਦੀਆਂ ਅੱਗਾਂ ਬੁੱਝ ਗਈਆਂ, ਸਾਡੇ ਧੀਆਂ ਪੁੱਤ ਟੈਂਕੀਆਂ ਦੇ ਕਿਹੜੇ ਬੈਠੇ ਨੇ ਅਤੇ ਇਹਨਾਂ ਦੇ ਧੀਆਂ ਪੁੱਤ ਇਹਨਾਂ ਨੂੰ ਐਸ਼ਾਂ ਕਰਦੇ ਨੇ। ਸੋ ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਕੈਂਸਰ, ਕਿਸਾਨੀ ਦੀ ਮੰਦੀ ਹਾਲਤ, ਦਲਿਤਾਂ ਦਾ, ਗਰੀਬਾਂ ਦਾ ਬੁਰਾ ਹਾਲ, ਇਹ ਸਾਰੇ ਮੁੱਦੇ ਅਸੀਂ ਜਦੋਂ ਟੱਚ ਕਰਦੇ ਹਾਂ ਜਾਂ ਪਾਰਲੀਮੈਂਟ 'ਚ ਬੋਲਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ ਹਾਂ ਇਹ ਸਾਡੀਆਂ ਗੱਲਾਂ ਨੇ, ਸਾਨੂੰ ਇਹਨਾਂ ਤੋਂ ਨਜਾਤ ਦਿਓ। ਸਾਰੇ ਕੱਲ੍ਹ ਤੁਹਾਡੇ ਪਾਰਟੀ ਅਹੁਦੇਦਾਰ ਕੁਛ ਗੈਪ ਸਹੀ ਤੁਹਾਡੇ ਚੋਣ ਪ੍ਰਚਾਰ ਦੇ ਜ਼ਿਲ੍ਹਾ ਪ੍ਰਧਾਨ ਜੀ ਨਹੀਂ ਸਾਰੇ ਆਉਣਗੇ, ਸਾਰੇ ਆਉਣਗੇ ਆਉਣ ਵਾਲੇ ਦਿਨਾਂ 'ਚ। ਫਿਰ ਕੱਲ੍ਹ ਨੂੰ ਆ ਰਹੇ ਨੇ ਮੈਡਮ, ਸਾਡੇ ਆਉਣਗੇ, ਮੈਂ ਵੀ 4-5 ਦਿਨ ਹਜੇ ਹੋਰ ਰਹੂੰਗਾ, ਰੋਡ ਸ਼ੋਅ ਕਰਾਂਗੇ ਔਰ ਪ੍ਰੋਪਰ ਸਾਰੇ ਪੰਜਾਬ ਦੇ ਵਿੱਚ ਚੱਲ ਰਹੇ ਸੀ।